ਉਹ ਤੇਰੀ ਤੈਨੂੰ ਦੱਸਾਂ ਮੈਂ ਖੜ ਜਾ, ਅੱਜ ਤਾਂ ਪਬਜੀ ਚ ਮੈਚ ਬਾਲਾ ਹੀ ਤੱਕੜ ਲੱਗਿਆ ਹੋਇਆ। ਮੈਂ ਫੋਨ ਹੀ ਕਰਕੇ ਦੇਖ ਲੈਂਦਾ ਇੱਕ ਵਾਰੀ। ਯਾਰ ਤੂੰ ਪਬਜੀ ਚ ਲੱਗਾ ਆ, ਕਿਉਂ ਕੀ ਹੋ ਗਿਆ? ਤੈਨੂੰ ਇੰਨੇ ਫੋਨ ਕਰਤੇ, ਬਾਈ ਦੀ ਆਪਣੀ ਲੜਾਈ ਹੋ ਗਈ ਯਾਰ। ਕੀ ਹੋ ਗਿਆ? ਓਏ 4 ਵਜੇ ਸਾਨੂੰ ਟਾਈਮ ਪਾਇਆ ਆਪਾਂ ਮੁੰਡਿਆਂ ਨਾਲ। ਹਾਂ ਚੱਲ ਚੱਲਦੇ ਆ ਫਿਰ 4 ਵਜੇ, ਮੈਨੂੰ ਫੋਨ ਕਰਦੀ ਯਾਦ ਨਾਲ। ਠੀਕ ਆ, 4 ਵਜੇ ਕਰਦੇ ਯਾਰ। ਹਾਂ ਤੂੰ 4 ਵਜੇ ਕਰਦੀ ਨਾ, ਮੈਂ ਉਸੇ ਹਿਸਾਬ ਨਾਲ ਆ ਜਾਊਂਗਾ। ਠੀਕ ਆ, ਚੱਲ ਠੀਕ ਆ ਬਾਈ। ਯਾਰ ਫੋਨ ਜੀ ਟਾਈਮ ਨਾ ਯਾਰ। ਹਾਂ ਸੱਚ ਯਾਰ, ਬਾਈ ਨੇ ਪੌਣੇ ਚਾਰ ਦਿਆ, ਚੱਲ ਕਰਕੇ ਦੇਖ। ਯਾਰ ਇਹ ਤਾਂ ਸਾਲਾ ਫੋਨ ਹੀ ਨੀ ਚੱਕ ਰਿਹਾ, ਲੱਗਦਾ ਪਬਜੀ ਚ ਵੜਿਆ ਹੋਣਾ। ਲੱਗਦਾ ਇਹ ਸਾਲਾ ਅੱਜ ਪਵਾ ਕੇ ਖੇਡੂਗਾ। ਚੱਲ ਯਾਰ ਆਪਾਂ ਦੋਵੇਂ ਚੱਲਦੇ ਆ, ਦੇਖੀ ਜੋਗੀ ਜੋ ਹੁੰਦਾ। ਕੀ ਸਾਰਾ ਦੇਣ ਦਾ ਫਾਇਦਾ ਸਾਲੇ, ਉਦੋਂ ਵਿੱਚ ਆਏ ਤੇ ਇੱਕ ਤਾਂ ਤੇਰਾ ਉਹ ਨੀ ਆਇਆ ਪਬਜੀ ਵਾਲਾ ਬਦਮਾਸ਼। ਚੰਗਾ ਤਾਂ ਮੈਂ ਦੂਸਰਾ ਕੋਈ ਲੈ ਜਾਂਦਾ। ਚੱਲ ਚੱਲ ਯਾਰ ਬਾਈ, ਕੁਛ ਨੀ ਹੁੰਦਾ ਆਜਾ। ਮੇਰੀ ਕੀ ਗਲਤੀ ਆ, ਮੈਂ ਵੀ ਉਹਨੂੰ ਫੋਨ ਕੀਤਾ ਸੀ, ਆਇਆ ਹੀ ਨੀ ਉਹ। ਚੱਲ ਹੁਣ ਆਪਾਂ ਭਰਾ ਉਹਨੂੰ ਪਬਜੀ ਵਾਲੇ ਨੂੰ ਧਨੇਸਰੀ ਦੇ ਕੇ ਆਉਣਾ। ਬਾਈ ਯਾਰ ਤੂੰ ਫੇਰ ਪਬਜੀ ਚ ਬਣਿਆ ਆ, ਤੈਨੂੰ ਇੰਨਾ ਫੋਨ ਕੀਤਾ। ਓ ਨੋ, ਤੇਰੇ ਕਰਕੇ ਦੇਖ ਇਧਰ ਸਾਲਿਆ। ਯਾਰ ਇਹਨੂੰ ਨੀ ਛੱਡਣਾ ਆਪਾਂ। ਫੜ ਰੀ।